ਹੈਲੋ ਦੋਸਤੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਜੀਕੇ ਤੇ। ਦੋਸਤੋ, ਅੱਜ ਆਪਾਂ ਆਪਣੇ ਇਸ ਲੈਕਚਰ ਦੇ ਵਿੱਚ ਗੱਲ ਕਰਾਂਗੇ ਪਠਾਨਕੋਟ ਡਿਸਟ੍ਰਿਕਟ ਦੇ ਬਾਰੇ। ਦੋਸਤੋ, ਜਿਹੜਾ ਆਪਣਾ ਪਠਾਨਕੋਟ ਡਿਸਟ੍ਰਿਕਟ ਹੈ, ਆ 27 ਜੁਲਾਈ 2011 ਨੂੰ ਨਵਾਂ ਬਣਿਆ ਸੀ। ਤੇ ਆ ਜਦੋਂ ਬਣਿਆ ਸੀ ਉਦੋਂ ਪਹਿਲਾਂ ਆ ਗੁਰਦਾਸਪੁਰ ਜਿਹੜਾ ਡਿਸਟ੍ਰਿਕਟ ਆ ਉਹਦਾ ਹਿੱਸਾ ਹੁੰਦਾ ਸੀ। ਜੋ 27 ਜੁਲਾਈ 2011 ਨੂੰ ਗੁਰਦਾਸਪੁਰ ਵਿੱਚੋਂ ਅਲੱਗ ਕਰਕੇ ਪਠਾਨਕੋਟ ਨੂੰ ਪੰਜਾਬ ਦਾ 21ਵਾਂ ਡਿਸਟ੍ਰਿਕਟ ਬਣਾ ਦਿੱਤਾ ਸੀ। ਤੁਸੀਂ ਜ਼ਰੂਰ ਯਾਦ ਰੱਖਿਓ ਕਿ 27 ਜੁਲਾਈ 2011 ਨੂੰ ਗੁਰਦਾਸਪੁਰ ਦੇ ਵਿੱਚੋਂ ਅਲੱਗ ਕਰਕੇ ਪੰਜਾਬ ਦਾ 21ਵਾਂ ਜ਼ਿਲ੍ਹਾ ਬਣਿਆ ਸੀ ਪਠਾਨਕੋਟ। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਪਠਾਨਕੋਟ ਜਿਹੜਾ ਨਾਂ ਹੈ ਆ ਕਿੱਥੋਂ ਆਇਆ ਹੈ। ਤਾਂ ਦੋਸਤੋ, ਪਠਾਨਕੋਟ ਨਾਂ ਦਾ ਸਰੋਤ ਹੈ ਪਠਾਨੀਆਂ ਰਾਜਪੂਤ ਸੇ, ਉਹਨਾਂ ਤੋਂ ਇਹਦਾ ਨਾਮ ਪਠਾਨਕੋਟ ਰੱਖਿਆ ਗਿਆ ਹੈ। ਤੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਪਠਾਨਕੋਟ ਜਿਹੜਾ ਆਪਣਾ ਡਿਸਟ੍ਰਿਕਟ ਹੈ ਇਹਦੇ ਵਿੱਚ ਕਿਹੜੇ ਕਿਹੜੇ ਦਰਿਆ ਵਹਿੰਦੇ ਆ। ਤਾਂ ਦੋਸਤੋ, ਆਪਣੇ ਜਿਹੜਾ ਪਠਾਨਕੋਟ ਡਿਸਟ੍ਰਿਕਟ ਹੈ ਇਹਦੇ ਵਿੱਚ ਦੋ ਦਰਿਆ ਵਹਿੰਦੇ ਆ, ਉਹ ਹੈ ਬਿਆਸ ਤੇ ਰਾਵੀ। ਤੁਸੀਂ ਜ਼ਰੂਰ ਯਾਦ ਰੱਖਿਓ ਕਿ ਪਠਾਨਕੋਟ ਦੇ ਵਿੱਚ ਦੋ ਦਰਿਆ ਵਹਿੰਦੇ ਆ, ਉਹ ਹੈ ਬਿਆਸ ਤੇ ਰਾਵੀ। ਤੇ ਦੋਸਤੋ, ਜਿਹੜਾ ਆਪਣਾ ਪਠਾਨਕੋਟ ਜ਼ਿਲ੍ਹਾ ਹੈ ਆ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ। ਦੋਸਤੋ, ਇੱਥੇ ਪਹਾੜੀਆਂ ਮੈਂ ਲਿਖਣਾ ਭੁੱਲ ਗਈ, ਬਟ ਇੱਥੇ ਪਹਾੜੀਆਂ ਆਊਗਾ। ਦੋਸਤੋ, ਜਿਹੜਾ ਆਪਣਾ ਪਠਾਨਕੋਟ ਜ਼ਿਲ੍ਹਾ ਹੈ ਆ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ, ਤੁਸੀਂ ਜ਼ਰੂਰ ਯਾਦ ਰੱਖਿਓ। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਆਪਣਾ ਪਠਾਨਕੋਟ ਡਿਸਟ੍ਰਿਕਟ ਹੈ ਇਹਦੇ ਵਿੱਚ ਕਿੰਨੀ ਤਹਿਸੀਲ ਹੈ ਤੇ ਉਹ ਕਿਹੜੀ ਕਿਹੜੀ ਹੈ। ਤਾਂ ਦੋਸਤੋ, ਆਪਣੇ ਪਠਾਨਕੋਟ ਦੇ ਵਿੱਚ ਦੋ ਹੀ ਤਹਿਸੀਲਾਂ ਹੈ, ਉਹ ਹੈ ਪਠਾਨਕੋਟ ਤੇ ਧਾਰਕਲਾ। ਤੁਸੀਂ ਜ਼ਰੂਰ ਯਾਦ ਰੱਖਿਓ ਕਿ ਪਠਾਨਕੋਟ ਦੀ ਦੋ ਹੀ ਤਹਿਸੀਲਾਂ ਹੈ, ਪਠਾਨਕੋਟ ਤੇ ਧਾਰਕਲਾ। ਤੇ ਦੋਸਤੋ, ਆਪਣੇ ਜਿਹੜਾ ਪਠਾਨਕੋਟ ਜ਼ਿਲ੍ਹਾ ਇਹਦੀ ਦੋ ਸਬ ਤਹਿਸੀਲਾਂ ਹੈ, ਉਹ ਹੈ ਨਰੋਤ ਜੇਮਲ ਸਿੰਘ ਤੇ ਬਮਿਆਲ। ਦੋਸਤੋ, ਜਿਹੜੀ ਆਪਣੇ ਦੋ ਨਰੋਤ ਜੇਮਲ ਸਿੰਘ ਤੇ ਬਮਿਆਲ ਹੈ ਆਹ ਦੋ ਸਬ ਤਹਿਸੀਲਾਂ ਹੈ, ਤੇ ਪਠਾਨਕੋਟ ਤੇ ਧਾਰਕਲਾ ਇਹ ਦੋ ਤਹਿਸੀਲਾਂ ਹੈ ਪਠਾਨਕੋਟ ਦੀ। ਹੁਣ ਦੋਸਤੋ, ਆਪਾਂ ਜਿਹੜਾ ਆਪਣਾ ਪਠਾਨਕੋਟ ਜ਼ਿਲ੍ਹਾ ਹੈਗਾ ਪੰਜਾਬ ਦਾ ਆ ਪਾਕਿਸਤਾਨ ਦਾ ਜਿਹੜਾ ਨਾਰੋਵਾਲ ਜ਼ਿਲ੍ਹਾ ਹੈਗਾ ਉਹਦੇ ਨਾਲ ਅੰਤਰਰਾਸ਼ਟਰੀ ਸਰਹੰਦ ਸਾਂਝਾ ਕਰਦਾ ਹੈ। ਤੇ ਦੋਸਤੋ, ਤੁਸੀਂ ਜ਼ਰੂਰ ਯਾਦ ਰੱਖਿਓ ਕਿ ਨਾਰੋਵਾਲ ਦੇ ਸੰਬੰਧ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦਾ ਸੀ। ਜਦੋਂ 1947 ਨੂੰ ਦੇਸ਼ ਦੀ ਵੰਡ ਹੋ ਗਈ ਸੀ ਉਦੋਂ ਜਿਹੜਾ ਆਪਣਾ ਸਾਂਝਾ ਪੰਜਾਬ ਹੁੰਦਾ ਸੀ 1947 ਤੋਂ ਪਹਿਲਾਂ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਤਾਂ ਭਾਰਤ ਦੇ ਵਿੱਚ ਹਿੱਸਾ ਆ ਗਿਆ ਤੇ ਇੱਕ ਪਾਕਿਸਤਾਨ ਦੇ ਵਿੱਚ ਚਲਾ ਗਿਆ। ਦੋਸਤੋ, ਜਿਹੜਾ ਹਿੱਸਾ ਭਾਰਤ ਦੇ ਵਿੱਚ ਆਇਆ ਉਹਨੂੰ ਪੂਰਬੀ ਪੰਜਾਬ ਦਾ ਨਾਂ ਦਿੱਤਾ ਗਿਆ, ਤੇ ਜਿਹੜਾ ਹਿੱਸਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਉਹਨੂੰ ਪੱਛਮੀ ਪੰਜਾਬ ਦਾ ਨਾਂ ਦਿੱਤਾ ਗਿਆ। ਤੇ ਦੋਸਤੋ, ਜਿਹੜਾ ਆਪਣਾ ਗੁਰਦਾਸਪੁਰ ਸੀ ਇਹਦੀ ਇੱਕ ਤਹਿਸੀਲ ਨਾਰੋਵਾਲ ਆ ਪਾਕਿਸਤਾਨ ਦੇ ਵਿੱਚ ਚਲੀ ਗਈ, ਤੇ ਜਦੋਂ ਪਾਕਿਸਤਾਨ ਦੇ ਵਿੱਚ ਚਲੀ ਗਈ ਨਾਰੋਵਾਲ ਤਹਿਸੀਲ ਤਾਂ ਇਹਨੂੰ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਨਾਰੋਵਾਲ ਜ਼ਿਲ੍ਹਾ ਬਣਾ ਦਿੱਤਾ ਗਿਆ। ਤੁਸੀਂ ਇਹ ਜ਼ਰੂਰ ਯਾਦ ਰੱਖਿਓ ਕਿ ਨਾਰੋਵਾਲ ਦੇਸ਼ ਵੰਡ ਤੋਂ ਪਹਿਲਾਂ ਗੁਰਦਾਸਪੁਰ ਦੀ ਤਹਿਸੀਲ ਹੁੰਦਾ ਸੀ। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਐਟ ਪ੍ਰੈਜ਼ੈਂਟ ਟਾਈਮ ਦੀ, ਤਾਂ ਐਟ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜਾ ਆਪਣਾ ਪਠਾਨਕੋਟ ਜ਼ਿਲ੍ਹਾ ਹੈ ਇਹਦੇ ਡਿਪਟੀ ਕਮਿਸ਼ਨਰ ਹੈ ਸਰਦਾਰ ਰਾਮਵੀਰ, ਤੇ ਸੀਨੀਅਰ ਸੁਪਰੀਟੈਂਡੈਂਟ ਆਫ ਪੁਲਿਸ ਹੈ ਆਰ ਕੇ ਬਖਸੀ, ਜਿਹੜੇ ਪੀਪੀਏ ਦੀ ਪੋਸਟ ਤੇ ਹੈ, ਤੇ ਜਿਹੜੇ ਸੰਸਦ ਮੈਂਬਰ ਹੈਗੇ ਉਹ ਸਨੀ ਦਿਓਲ ਹੈ। ਦੋਸਤੋ, ਸਨੀ ਦਿਓਲ ਇੱਕ ਐਕਟਰ ਵੀ ਹੈ ਹਿੰਦੀ ਫਿਲਮਾਂ ਦੇ। ਦੋਸਤੋ ਆਪਾਂ ਗੱਲ ਕਰਦੇ ਹਾਂ 2011 ਦੇ ਜਨਸੰਖਿਆ ਸਰਵੇਖਣ ਦੇ ਆਧਾਰ ਤੇ ਪਠਾਨਕੋਟ ਦੇ ਆਂਕੜਿਆਂ ਦੀ। ਦੋਸਤੋ, ਜਿਹੜੇ 2021 ਦੇ ਵਿੱਚ ਜਨਗਣਨਾ ਹੋਣੀ ਸੀ, ਬਟ ਕੋਰੋਨਾ ਦੇ ਕਾਰਨ 2021 ਦੇ ਵਿੱਚ ਜਨਗਣਨਾ ਨਹੀਂ ਹੋਈ, ਤਾਂ ਕਰਕੇ ਆਪਾਂ 2011 ਦੇ ਜਨਗਣਨਾ ਦੇ ਜਿਹੜੇ ਵੀ ਆਂਕੜੇ ਉਹ ਲੈਂਦੇ ਹਾਂ। ਦੋਸਤੋ, ਜਿਹੜਾ ਆਪਣਾ ਪਠਾਨਕੋਟ ਹੈ ਇਹਦੇ ਜ਼ਿਆਦਾ ਆਂਕੜੇ ਨਹੀਂ ਦਿੱਤੇ ਹੋਏ, ਕਿਉਂਕਿ 2011 ਦੇ ਵਿੱਚ ਨਵਾਂ ਬਣਿਆ ਸੀ, ਉਦੋਂ ਪਹਿਲਾਂ ਜਨਗਣਨਾ ਹੋ ਗਈ ਸੀ, ਤੇ ਜਨਗਣਨਾ ਹੋਣ ਤੋਂ ਬਾਅਦ ਡਿਸਟ੍ਰਿਕਟ ਨਵਾਂ ਬਣਿਆ, ਤਾਂ ਇਹਦੇ ਆਬਾਦੀ ਤੇ ਜਨਸੰਖਿਆ ਦੇ ਜਿਹੜੇ ਆਂਕੜੇ ਆ ਉਹ ਮੈਂ ਇਹਨਾਂ ਦੀ ਓਫੀਸੀਅਲ ਜਿਹੜੀ ਸਾਈਟ ਹੈ ਉੱਥੋਂ ਦਿੱਤੇ ਆ। ਤਾਂ ਦੋਸਤੋ, ਜਿਹੜਾ ਪਠਾਨਕੋਟ ਦੀ ਆਬਾਦੀ ਹੈ ਉਹ ਹੈ 6,76,598, ਤੇ ਜਨਸੰਖਿਆ ਘਣਤਾ ਹੈ 730 ਵਰਗ ਕਿਲੋਮੀਟਰ ਪ੍ਰਤੀ ਵਿਅਕਤੀ। ਤੇ ਦੋਸਤੋ, ਜਿਹੜਾ ਆਪਣਾ ਪਠਾਨਕੋਟ ਹੈ ਇਹਦਾ ਕੁੱਲ ਖੇਤਰ ਹੈ 929 ਕਿਲੋਮੀਟਰ ਸਕੁਅਰ। ਤੁਸੀਂ ਜ਼ਰੂਰ ਯਾਦ ਰੱਖਿਓ ਕਿ ਪਠਾਨਕੋਟ ਦਾ ਕੁੱਲ ਖੇਤਰ ਹੈ 929 ਕਿਲੋਮੀਟਰ ਪ੍ਰਤੀ ਸਕੁਅਰ ਕਿਲੋਮੀਟਰ ਸਕੁਅਰ ਹੈਗਾ। ਤੇ ਦੋਸਤੋ, ਜਿਹੜਾ ਪਠਾਨਕੋਟ ਹੈ ਇਹਦਾ ਵਾਹਨ ਰਜਿਸਟ੍ਰੇਸ਼ਨ ਨੰਬਰ ਹੈ PV35 ਤੇ PV68।
ਤੁਸੀਂ ਜ਼ਰੂਰ ਯਾਦ ਰੱਖਿਓ ਕਿ ਵਾਹਨ ਰਜਿਸਟ੍ਰੇਸ਼ਨ ਨੰਬਰ ਪਠਾਨਕੋਟ ਦਾ ਹੈ PB35 ਤੇ PB68। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਧਰਮ ਦੀ, ਤਾਂ ਆਹ ਅੰਕੜੇ 2011 ਦੇ ਅਕੋਰਡਿੰਗ ਹੈ। ਦੋਸਤੋ ਪਠਾਨਕੋਟ ਦੇ ਵਿੱਚ ਹਿੰਦੂ ਧਰਮ 88.42% ਹੈ, ਸਿੱਖ ਧਰਮ 7.81% ਹੈ, ਇਸਲਾਮ ਧਰਮ 2.12% ਹੈ, ਈਸਾਈ ਧਰਮ 1.08% ਹੈ ਅਤੇ ਹੋਰ ਜਿਹੜੇ ਵੀ ਧਰਮ ਹੈ ਇਹਨਾਂ ਚਾਰਾਂ ਨੂੰ ਛੱਡ ਕੇ ਉਹ ਹੈ 0.57%। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਪਠਾਨਕੋਟ ਦੇ ਵਿੱਚ ਕਿਹੜੇ ਕਿਹੜੇ ਊਰਜਾ ਪਲਾਂਟ ਹੈ ਜਾਂ ਪਾਵਰ ਪਲਾਂਟ ਹੈਗੇ ਅਤੇ ਕਿੰਨੇ ਪਾਵਰ ਪਲਾਂਟ ਹੈ। ਤਾਂ ਦੋਸਤੋ ਪਠਾਨਕੋਟ ਦੇ ਵਿੱਚ ਦੋ ਹੀ ਊਰਜਾ ਪਲਾਂਟ ਹੈ, ਉਹ ਹੈ ਰਣਜੀਤ ਸਾਗਰ ਪਣ ਬਿਜਲੀ ਪ੍ਰੋਜੈਕਟ ਅਤੇ ਦੂਜਾ ਹੈ ਅਪਰ ਬਾਰੀ ਦੁਆਬ ਨਹਿਰ ਪਾਵਰ ਹਾਊਸ। ਦੋਸਤੋ ਤੁਸੀਂ ਇਹਨਾਂ ਦੋਵਾਂ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਪਠਾਨਕੋਟ ਦੇ ਵਿੱਚ ਦੋ ਹੀ ਪਾਵਰ ਪਲਾਂਟ ਜਾਂ ਊਰਜਾ ਪਲਾਂਟ ਹੈ, ਉਹ ਹੈ ਰਣਜੀਤ ਸਾਗਰ ਪਣ ਬਿਜਲੀ ਪ੍ਰੋਜੈਕਟ ਅਤੇ ਅਪਰ ਬਾਰੀ ਦੁਆਬ ਨਹਿਰ ਪਾਵਰ ਹਾਊਸ। ਅਤੇ ਦੋਸਤੋ ਜਦੋਂ ਵੰਡ ਤੋਂ ਪਹਿਲਾਂ ਪਠਾਨਕੋਟ ਜਾਂ ਆਜ਼ਾਦੀ ਤੋਂ ਪਹਿਲਾਂ ਪਠਾਨਕੋਟ ਨੂਰਪੁਰ ਰਿਆਸਤ ਦਾ ਹਿੱਸਾ ਹੁੰਦਾ ਸੀ ਅਤੇ ਦੋਸਤੋ ਜਿਹੜੇ ਨੂਰਪੁਰ ਰਿਆਸਤ ਹੈ ਉਹਦੇ ਉੱਤੇ ਮੁਸਲਿਮ ਉੱਤਰਾਧਿਕਾਰੀ ਸਈਦ ਖਾਨ ਨੇ 1781 ਤੱਕ ਰਾਜ ਕੀਤਾ ਸੀ। ਅਤੇ ਤੁਸੀਂ ਜ਼ਰੂਰ ਯਾਦ ਰੱਖਿਓ ਕਿ ਆਪਣੇ ਦੇਸ਼ ਆਜ਼ਾਦ ਤੋਂ ਪਹਿਲਾਂ ਜਿਹੜਾ ਪਠਾਨਕੋਟ ਸੀ ਉਹ ਨੂਰਪੁਰ ਰਿਆਸਤ ਦਾ ਹਿੱਸਾ ਹੁੰਦਾ ਸੀ। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਪਠਾਨਕੋਟ ਦੇ ਗੁਆਂਢੀ ਜ਼ਿਲ੍ਹੇ ਕਿਹੜੇ ਹੈ ਜਾਂ ਗੁਆਂਢੀ ਦੇਸ਼ ਕਿਹੜਾ ਹੈ। ਤਾਂ ਦੋਸਤੋ ਪਠਾਨਕੋਟ ਪਾਕਿਸਤਾਨ ਦੇ ਨਾਲ ਸਰਹੰਦ ਸਾਂਝਾ ਕਰਦਾ ਹੈ ਅਤੇ ਪਠਾਨਕੋਟ ਪੰਜਾਬ ਦੇ ਗੁਰਦਾਸਪੁਰ ਡਿਸਟ੍ਰਿਕਟ ਇਹਦਾ ਗੁਆਂਢੀ ਜ਼ਿਲ੍ਹਾ ਹੈ ਅਤੇ ਪਠਾਨਕੋਟ ਦੋਸਤੋ ਆਪਣਾ ਹਰਿਆਣਾ ਦਾ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਲ ਵੀ ਸਰਹੰਦ ਸਾਂਝਾ ਕਰਦਾ ਹੈ। ਹੁਣ ਦੋਸਤੋ ਆਪਾਂ ਜਿੰਨਾ ਪੜ੍ਹਿਆ ਉਹਦੇ ਬਾਰੇ ਇੱਕ ਵਾਰ ਰਿਵੀਜ਼ਨ ਲੈ ਲੈਂਦੇ ਹਾਂ। ਤਾਂ ਦੋਸਤੋ ਆਪਣਾ ਪਠਾਨਕੋਟ 27 ਜੁਲਾਈ 2011 ਨੂੰ ਗੁਰਦਾਸਪੁਰ ਵਿੱਚੋਂ ਅਲੱਗ ਕਰਕੇ 21ਵਾਂ ਜ਼ਿਲ੍ਹਾ ਬਣਿਆ ਪੰਜਾਬ ਦਾ ਅਤੇ ਜਿਹੜਾ ਪਠਾਨਕੋਟ ਦਾ ਨਾਂ ਹੈ, ਨਾਂ ਦਾ ਸਰੋਤ ਹੈ ਪਠਾਨੀ ਰਾਜਪੂਤ, ਪਠਾਨੀ ਰਾਜਪੂਤਾਂ ਦੇ ਨਾਂ 'ਤੇ ਪਠਾਨਕੋਟ ਦਾ ਨਾਂ ਪਠਾਨਕੋਟ ਰੱਖਿਆ ਗਿਆ। ਪਠਾਨਕੋਟ ਦੇ ਵਿੱਚ ਦੋ ਦਰਿਆ ਵਹਿੰਦੇ ਆ, ਉਹ ਹੈ ਬਿਆਸ ਅਤੇ ਰਾਵੀ ਅਤੇ ਪਠਾਨਕੋਟ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਹੈ। ਦੋਸਤੋ ਪਠਾਨਕੋਟ ਦੀ ਦੋ ਤਹਿਸੀਲਾਂ ਉਹ ਹੈ ਪਠਾਨਕੋਟ ਅਤੇ ਧਾਰਕਲਾਂ ਅਤੇ ਦੋ ਹੀ ਸਬ ਤਹਿਸੀਲਾਂ ਉਹ ਹੈ ਨਰੋਜ, ਜੇਮਲ ਸਿੰਘ ਅਤੇ ਬਮਿਆਲ। ਅਤੇ ਦੋਸਤੋ ਜਿਹੜਾ ਆਪਣਾ ਪਠਾਨਕੋਟ ਹੈ ਆਹ ਨਾਰੋਵਾਲ ਜ਼ਿਲ੍ਹਾ ਜਿਹੜਾ ਪਾਕਿਸਤਾਨ ਦਾ ਨਾਰੋਵਾਲ ਜ਼ਿਲ੍ਹਾ ਹੈ ਉਹਦੇ ਨਾਲ ਅੰਤਰਰਾਸ਼ਟਰੀ ਸਰਹੰਦ ਸਾਂਝਾ ਕਰਦਾ ਹੈ ਅਤੇ ਆਹ ਨਾਰੋਵਾਲ ਜ਼ਿਲ੍ਹਾ ਦੇਸ਼ ਵੰਡ ਤੋਂ ਪਹਿਲਾਂ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਹੈ ਪੰਜਾਬ ਦਾ ਉਹਦੀ ਤਹਿਸੀਲ ਹੁੰਦਾ ਸੀ। ਹੁਣ ਦੋਸਤੋ ਜਿਹੜੇ ਪ੍ਰੈਜੈਂਟ ਟਾਈਮ ਦੇ ਡਿਪਟੀ ਕਮਿਸ਼ਨਰ ਹੈ ਉਹ ਹੈ ਸਰਦਾਰ ਰਾਮਵੀਰ ਅਤੇ ਸੀਨੀਅਰ ਸੁਪਰਿਟੈਂਡੈਂਟ ਆਫ ਪੁਲਿਸ ਹੈ ਆਰ ਕੇ ਬਖਸੀ ਜਿਹੜੇ PPA ਦੀ ਪੋਸਟ 'ਤੇ ਹੈ ਅਤੇ ਸੰਸਦ ਮੈਂਬਰ ਸਨੀ ਦਿਓਲ ਹੈ। ਦੋਸਤੋ 2011 ਦੇ ਜਨਸੰਖਿਆ ਸਰਵੇਖਣ ਦੇ ਆਧਾਰ 'ਤੇ ਪਠਾਨਕੋਟ ਦੀ ਆਬਾਦੀ 6,76,598 ਹੈ, ਜਨਸੰਖਿਆ ਘੰਟਾ 730 ਵਰਗ ਕਿਲੋਮੀਟਰ ਪ੍ਰਤੀ ਵਿਅਕਤੀ ਹੈ ਅਤੇ ਦੋਸਤੋ ਪਠਾਨਕੋਟ ਦਾ ਕੁੱਲ ਖੇਤਰ ਹੈ 929 ਕਿਲੋਮੀਟਰ ਸਕੇਅਰ ਅਤੇ ਵਾਹਨ ਰਜਿਸਟ੍ਰੇਸ਼ਨ ਨੰਬਰ ਹੈ PB35 ਅਤੇ PB68। ਹੁਣ ਦੋਸਤੋ ਆਪਾਂ ਧਰਮ ਦੀ ਗੱਲ ਕਰਦੇ ਹਾਂ ਤਾਂ ਪਠਾਨਕੋਟ ਦੇ ਵਿੱਚ ਹਿੰਦੂ ਧਰਮ 88.42% ਹੈ, ਸਿੱਖ ਧਰਮ ਦੇ ਲੋਕ 7.81% ਹੈ, ਇਸਲਾਮ ਧਰਮ ਦੇ 2.12% ਹੈ, ਈਸਾਈ ਧਰਮ ਦੇ 1.08% ਹੈ ਅਤੇ ਹੋਰ ਜਿੰਨੇ ਵੀ ਧਰਮ ਹੈ ਉਹਨਾਂ ਦੇ ਲੋਕ 0.57% ਹੈ। ਅਤੇ ਦੋਸਤੋ ਜਿਹੜਾ ਪਠਾਨਕੋਟ ਹੈ ਇਹਦੇ ਵਿੱਚ ਦੋ ਊਰਜਾ ਪਲਾਂਟ ਹੈ, ਉਹ ਹੈ ਰਣਜੀਤ ਸਾਗਰ ਪਣ ਬਿਜਲੀ ਪ੍ਰੋਜੈਕਟ ਅਤੇ ਅਪਰ ਬਾਰੀ ਦੁਆਬ ਨਹਿਰ ਪਾਵਰ ਹਾਊਸ। ਅਤੇ ਦੋਸਤੋ ਪਠਾਨਕੋਟ ਪੰਜਾਬ ਦੇ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਹੈ ਆਹ ਪਠਾਨਕੋਟ ਦਾ ਗੁਆਂਢੀ ਜ਼ਿਲ੍ਹਾ ਹੈ ਅਤੇ ਪਠਾਨਕੋਟ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਸਰਹੰਦ ਸਾਂਝਾ ਕਰਦਾ ਹੈ ਅਤੇ ਜੰਮੂ ਕਸ਼ਮੀਰ ਅਤੇ ਹਿਮਾਚਲ ਜਿਹੜੇ ਆਪਣੇ ਭਾਰਤ ਦੇ ਦੋ ਰਾਜ ਹੈਗੇ ਉਹਨਾਂ ਨਾਲ ਇਹਦੀ ਸਰਹੰਦ ਲੱਗਦੀ ਹੈ। ਜੇ ਦੋਸਤੋ ਕਿਸੇ ਨੂੰ ਕੁਛ ਸਮਝ ਨਾ ਆਇਆ ਹੋਵੇ ਜਾਂ ਇਹਦੀ PDF ਚਾਹੀਦੀ ਹੈ ਤਾਂ ਉਹ ਕਮੈਂਟ ਕਰ ਦਿਓ ਅਤੇ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਵਧੀਆ ਤੋਂ ਵਧੀਆ ਸਮਝਾਉਣ ਦੀ ਅਤੇ ਵਧੀਆ ਤੋਂ ਵਧੀਆ ਨੋਟਸ ਤੁਹਾਨੂੰ ਪ੍ਰੋਵਾਈਡ ਕਰਾਉਣ ਦੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਕਲਾਸ ਦੇ ਵਿੱਚ।